ਦਾਦੂ ਨੇ ਕੀਤਾ ਸੀਗਾ। ਕੀ ਨਾਮ ਹੈ ਦਾਦੂ ਜੀ ਦਾ? ਸੋਹਨ ਪੰਡਿਤ ਜੀ। ਅੱਛਾ, ਸੋਹਨ ਪੰਡਿਤ ਜੀ, ਕਿਆ ਬਾਤ ਹੈ। ਉਹਨਾਂ ਨੇ ਮੈਨੂੰ ਮਤਲਬ 7-8 ਸਾਲ ਦਾ ਵਿੱਚ ਪਾਤਾ ਸੀਗਾ ਮਲਟੀਪਰਪਸ, ਫਿਰ ਮੈਂ ਦਿਲ 'ਚ ਬਸ ਗਈ। ਕਿੰਨਾ ਕੁ ਮੁਸ਼ਕਲ ਸੀ ਗੋਲਡ ਮੈਡਲ ਜਿੱਤਣਾ ਉਸ ਬੱਚੇ ਦੇ ਨਾਲ ਫਾਈਟ ਕਰਕੇ? ਠੀਕ ਸੀਗਾ ਜੀ ਬੱਚਾ ਵੀ, ਅਤੇ ਉਹ ਵੀ ਸਟਰੋਂਗ ਸੀਗਾ, ਮੈਂ ਵੀ ਸਟਰੋਂਗ ਸੀਗਾ ਜੀ, ਅਤੇ ਵਧੀਆ ਫਾਈਨਲੀ। ਸਾਨੂੰ 100% ਉਮੀਦ ਹੈ ਕਿ ਇਹ ਬੱਚੇ ਕਿਸੇ ਨਾ ਕਿਸੇ ਦਿਨ ਜਾ ਕੇ ਓਲੰਪਿਕ ਦੇ ਵਿੱਚ ਜਾ ਕੇ ਮੈਡਲ ਲੈ ਕੇ ਆਉਣਗੇ, ਸਾਡੇ ਹਿੰਦੁਸਤਾਨ ਦਾ ਨਾਂ ਉੱਚਾ ਕਰਨਗੇ। ਸੋ ਮੈਂ ਮੁਬਾਰਕਬਾਦ ਦਿੰਦਾ ਪਰਮਾਤਮਾ ਅੱਗੇ, ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਹੋਰ ਤਾਕਤ ਦੇਵੇ, ਹੋਰ ਹਿੰਮਤ ਦੇਵੇ, ਸਾਡੇ ਦੇਸ਼ ਦਾ, ਆਪਣੇ ਪੇਰੈਂਟਸ ਦਾ, ਆਪਣੀ ਸੋਸਾਇਟੀ ਦਾ, ਆਪਣੇ ਪੰਜਾਬ ਦਾ ਨਾਂ ਉੱਚਾ ਕਰ। ਪੰਜਾਬ ਅਪਡੇਟ ਦੇ ਵਿੱਚ ਆਪ ਸਭ ਦਾ ਸਵਾਗਤ ਹੈ, ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ TV। ਦੋਸਤੋ, ਪੰਜਾਬ ਅਪਡੇਟ ਦੇ ਵਿੱਚ ਅੱਜ ਗੱਲ ਕਰਦੇ ਹਾਂ ਉਹਨਾਂ ਬੱਚਿਆਂ ਦੀ ਜਿਨ੍ਹਾਂ ਬੱਚਿਆਂ ਨੇ ਮਿਹਨਤ ਮੁਸ਼ੱਕਤ ਕਰਕੇ ਔਰ ਬਹੁਤ ਹੀ ਸਖਤ ਮਿਹਨਤ ਕਰਕੇ ਜ਼ਿੰਦਗੀ ਦੀ ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਦਾ ਪਹਿਲਾ ਪੜਾਅ ਪਾਸ ਕੀਤਾ ਹੋਵੇ। ਉਹਨਾਂ ਬੱਚਿਆਂ ਨੇ ਆਪਣਾ ਨਾਮ ਤਾਂ ਰੌਸ਼ਨ ਕਰਨਾ ਹੀ ਕਰਨਾ ਹੈ, ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰਨਾ ਹੀ ਕਰਨਾ ਹੈ, ਪਲੱਸ ਉਸ ਪਰਿਵਾਰ ਦਾ ਵੀ ਨਾਮ ਰੌਸ਼ਨ ਕਰਨਾ ਹੈ ਜੋ ਪਰਿਵਾਰ ਉਹਨਾਂ ਦਾ ਸਕੂਲ ਲੈਵਲ 'ਤੇ ਹੁੰਦਾ ਹੈ, ਅਤੇ ਉਸ ਕੋਚ ਦਾ ਵੀ ਉਹਨਾਂ ਨੇ ਧੰਨਵਾਦ ਕਰਨਾ ਹੁੰਦਾ ਹੈ, ਉਸ ਕੋਚ ਦਾ ਵੀ ਨਾਮ ਰੌਸ਼ਨ ਕਰਨਾ ਹੁੰਦਾ ਹੈ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਹੁੰਦਾ। ਪਰ ਅੱਜ ਉਸੇ ਹੀ ਗੋਲਡ ਮੈਡਲ ਦੀ ਕੜੀ ਦੇ ਵਿੱਚੋਂ ਇੱਕ ਬਹੁਤ ਹੀ ਛੋਟਾ ਜਿਹਾ ਬੱਚਾ ਜਿਹਨੇ ਡਿਸਟ੍ਰਿਕਟ ਪਟਿਆਲੇ ਦੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਏਵਨ ਪੰਜਾਬੀ ਚੈਨਲ ਨੇ ਉਸ ਤੱਕ ਪਹੁੰਚ ਕੀਤੀ ਹੈ ਕਿ ਇੱਥੇ ਤੱਕ ਪਹੁੰਚਣ ਵਾਸਤੇ ਉਹਨੂੰ ਕਿਹੜੀਆਂ ਕਿਹੜੀਆਂ ਮਿਹਨਤਾਂ ਕਰਨੀਆਂ ਪਈਆਂ ਔਰ ਕਿਸ ਕਿਸ ਕੋਚ ਦਾ ਉਹਨਾਂ ਨੂੰ, ਕਿਸ ਕਿਸ ਟੀਚਰ ਦਾ ਉਹਨਾਂ ਨੂੰ ਸਹਿਯੋਗ ਮਿਲਿਆ, ਔਰ ਵੱਡੀ ਗੱਲ ਹੈ ਕਿ ਇਸ ਫੀਲਡ ਵਿੱਚ ਲਿਆਉਣ ਵਾਲੇ ਕੌਣ ਸਨ। ਕੀ ਨਾਮ ਹੈ ਬੇਟੇ ਤੁਹਾਡਾ? ਯੁਵਰਾਜ। ਕਿੱਥੋਂ ਆਏ ਹੋ ਪੁੱਤ? ਮੈਂ ਪਟਿਆਲੇ ਤੋਂ। ਪਟਿਆਲੇ ਦੇ ਕਿਹੜੇ ਸਕੂਲ ਵਿੱਚ ਪੜ੍ਹਦੇ ਹੋ ਤੁਸੀਂ? ਆਰਮੀ ਪਬਲਿਕ ਸਕੂਲ। ਆਰਮੀ ਪਬਲਿਕ ਸਕੂਲ ਪਟਿਆਲਾ। ਹਾਂਜੀ। ਅੱਛਾ, ਜਿਹੜੇ ਗੇਮ ਦੇ ਵਿੱਚੋਂ ਗੋਲਡ ਮੈਡਲ ਮਿਲਿਆ, ਕਿਹੜੀ ਗੇਮ ਖੇਡਦੇ ਹੋ? ਮੈਂ ਬਾਕਸਿੰਗ ਖੇਡਦਾ ਹਾਂ। ਅੱਛਾ ਜੀ, ਕੀ ਕੋਚ ਦਾ ਨਾਮ ਕੀ ਹੈ? ਮੇਰੇ ਕੋਚ ਦਾ ਨਾਮ ਅਨੁਦੀਪ ਹੈ। ਅਨੁਦੀਪ ਜੀ, ਆਪ ਬਾਕਸਰ ਦੇ ਨਾਲ ਹੀ, ਬਾਕਸਿੰਗ ਗੇਮ ਦੇ ਨਾਲ ਹੀ ਜੁੜੇ ਨੇ? ਹਾਂਜੀ। ਕਿਸ ਤਰ੍ਹਾਂ ਦੀ ਮਿਹਨਤ ਕਰਾਉਂਦੇ ਸੀ ਤੁਹਾਨੂੰ ਸਵੇਰੇ ਸਵੇਰੇ ਉਠਾਲ ਕੇ? ਸਵੇਰੇ ਸਵੇਰੇ ਜੀ ਮੇਰੇ ਪਾਪਾ 4:30 ਵਜੇ ਮਤਲਬ ਉਠਾ ਕੇ ਮੈਨੂੰ ਦੌੜ ਕਰਵਾਉਂਦੇ ਸੀਗੇ ਮਲਟੀਪਰਪਸ ਤੱਕ ਜੀ, ਅਤੇ ਉੱਥੇ ਮੇਰੇ ਕੋਚ ਮੈਨੂੰ ਮਤਲਬ ਐਕਸਟਰਾ ਟ੍ਰੇਨਿੰਗ ਦਿੰਦੇ ਸੀਗੇ ਜੀ, ਮਤਲਬ ਮਿਹਨਤ ਕਰਦੇ ਸੀਗੇ ਸਾਰੇ ਬੱਚਿਆਂ 'ਤੇ। ਮਤਲਬ ਬਾਕਸਿੰਗ ਦੇ ਵਿੱਚ ਕਿਸੇ ਕਿੱਟ ਨੂੰ ਵੀ ਮਤਲਬ ਖਰੀਦਣਾ ਪੈਂਦਾ ਹੈ? ਉਸ ਤੋਂ ਬਾਅਦ ਗਲਵਸ ਹੁੰਦੇ, ਕੀ ਹੁੰਦਾ ਸਮਾਨ ਬਾਕਸਿੰਗ? ਉਹ 'ਚ ਜੀ ਇੱਕ ਕਿੱਟ ਹੁੰਦੀ ਹੈ, ਸੈਂਡੋ ਹੁੰਦੀ ਹੈ ਜੀ, ਗਲਵਸ ਹੁੰਦੇ ਨੇ, ਬੈਂਡੇਜ ਹੁੰਦੀ ਹੈ, ਇੱਕ ਟੀਥ ਗਾਰਡ ਹੁੰਦਾ ਔਰ ਹੈੱਡ ਗਾਰਡ ਹੁੰਦਾ। ਜਿਹੜਾ ਬੇਟੇ ਤੁਸੀਂ ਗੋਲਡ ਮੈਡਲ ਜਿੱਤਿਆ ਹੈ, ਇਸ ਗੋਲਡ ਮੈਡਲ ਨੂੰ ਜਿੱਤਣ ਦਾ ਮਤਲਬ ਡਿਸਟ੍ਰਿਕਟ ਪਟਿਆਲੇ ਲੈਵਲ ਦਾ ਹੋਇਆ ਸੀ ਜਾਂ ਪੰਜਾਬ ਲੈਵਲ ਦਾ? ਪਟਿਆਲੇ ਦਾ ਹੋਇਆ ਸੀ। ਅੱਛਾ, ਕਿਸ ਦੇ ਨਾਲ ਤੁਹਾਡਾ ਕੰਪੀਟੀਸ਼ਨ ਸੀ? ਨਾਮ ਸੀਗਾ ਜੀ ਗੁਰਮਨ ਜੀ, ਜਿਸ ਦੇ ਨਾਲ ਤੁਹਾਡਾ ਮੁਕਾਬਲਾ ਸੀ। ਹਾਂਜੀ। ਉਹ ਕਿਸ ਸਕੂਲ ਦਾ ਸੀ ਬੱਚਾ? ਉਹ ਕੈਂਟਰ ਸਕੂਲ ਦਾ ਸੀਗਾ ਜੀ। ਅੱਛਾ ਜੀ, ਕਿੰਨਾ ਕੁ ਮੁਸ਼ਕਲ ਸੀ ਗੋਲਡ ਮੈਡਲ ਜਿੱਤਣਾ ਉਸ ਬੱਚੇ ਦੇ ਨਾਲ ਫਾਈਟ ਕਰਕੇ? ਠੀਕ ਸੀਗਾ ਜੀ ਬੱਚਾ ਵੀ ਜੀ, ਅਤੇ ਉਹ ਵੀ ਸਟਰੋਂਗ ਸੀਗਾ, ਮੈਂ ਵੀ ਸਟਰੋਂਗ ਸੀਗਾ ਜੀ, ਅਤੇ ਵਧੀਆ ਫਾਈਲ ਰਹੀ। ਸਕੂਲ ਦੇ ਵਿੱਚ ਟੀਚਰਸ ਵੀ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਸਮੇਂ ਸਿਰ ਗਾਈਡ ਕੀਤਾ ਹੋਵੇਗਾ? ਹਾਂਜੀ, ਮੇਰੇ ਸਪੋਰਟਸ ਟੀਚਰ ਸੀਗੇ। ਕੀ ਨਾਮ ਹੈ ਉਹਨਾਂ ਦਾ? ਉਹਨਾਂ ਦਾ ਜੀ ਮਿਸਟਰ ਟੀਨੂ, ਔਰ ਸਪੋਰਟਸ ਸਪੋਰਟ DP ਸੀਗਾ ਜੀ ਮਿਸਟਰ ਗੌਰਵ ਸ਼ਰਮਾ ਜੀ, ਅਤੇ ਮੇਰੇ ਪ੍ਰਿੰਸੀਪਲ ਦਾ ਵੀ ਬਹੁਤ ਹੱਥ ਸੀਗਾ ਇਸ ਵਕਤ, ਜਿਨ੍ਹਾਂ ਨੇ ਮੈਨੂੰ ਉਹ ਕੀਤਾ ਜੀ ਅੱਗੇ ਵਧਣ, ਮਤਲਬ ਵਧੀਆ ਉਹ ਕੀਤਾ, ਮਤਲਬ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ। ਹਾਂਜੀ ਹਾਂਜੀ। ਅੱਛਾ, ਜਦੋਂ ਗੋਲਡ ਮੈਡਲ ਜਿੱਤਿਆ ਹੈ
ਤਾਂ ਉਸ ਵੇਲੇ ਕਿੰਨੀ ਕੁ ਖੁਸ਼ੀ ਹੋਈ ਸੀ? ਬਹੁਤ ਖੁਸ਼ੀ ਹੋਈ ਸੀ ਮੈਨੂੰ ਜਿੱਤਿਆ, ਜਦ ਮੇਰਾ ਹੱਥ ਖੜਿਆ ਹੋਇਆ ਤਾਂ ਜਦ ਮੈਂ ਰਿੰਗ ਤੋਂ ਨੀਚੇ ਉਤਰਿਆ, ਮਤਲਬ ਮੇਰੇ ਪਾਪਾ ਨੇ ਮੈਨੂੰ ਮਤਲਬ ਗਲੇ ਮਿਲਿਆ, ਟਾਈਟ ਉੱਪਰ ਚੱਕ ਲਿਆ ਸੀਗਾ ਜੀ, ਅਤੇ ਬਹੁਤ ਖੁਸ਼ੀ ਹੋਈ ਸੀ। ਅੱਛਾ, ਹੁਣ ਭਵਿੱਖ ਦੀਆਂ ਕੀ ਮਤਲਬ ਹੋਰ ਅੱਗੇ ਮਤਲਬ ਹੈਗੀਆਂ ਯੋਜਨਾਵਾਂ ਕਿ ਡਿਸਟ੍ਰਿਕਟ ਤੋਂ ਬਾਅਦ ਕੀ ਪਲੈਨਿੰਗ ਹੈ ਅੱਗੇ ਤੁਹਾਡੀ? ਹੁਣ ਮੈਂ ਡਿਸਟ੍ਰਿਕਟ ਤੋਂ ਬਾਅਦ ਜੀ ਸਟੇਟ ਖੇਡ ਰਿਹਾ। ਅੱਛਾ ਜੀ। ਮੇਰੀ ਸਟੇਟ 10 ਤਾਰੀਕ ਦੀ ਹੈ ਜੀ, ਔਰ ਉਹ ਮੇਰੀ ਸਟੇਟ ਮਲਟੀਪਰਪਜ਼ ਸਕੂਲ 'ਚ ਹੈ। ਅਜੇ ਮਤਲਬ ਪਤਾ ਹੀ ਨਹੀਂ ਲੱਗਿਆ ਕਿੱਥੇ ਹੈ ਜੀ, ਪਰ ਇਹ ਪਤਾ ਕਿ ਡੇਟ ਪਤਾ ਲੱਗੇਗੀ 10 ਤਾਰੀਕ। ਅੱਛਾ, ਯੂ ਵੀ ਮਤਲਬ ਬੋਕਸਿੰਗ ਦਾ ਸ਼ੌਕ ਸ਼ੁਰੂ ਤੋਂ ਪਿਆ ਸੀ ਜਾਂ ਕਿਸੇ ਰਿਸ਼ਤੇਦਾਰ ਨੇ ਤੁਹਾਨੂੰ ਕਿਹਾ ਸੀ ਕਿ ਨਹੀਂ ਬਈ ਤੂੰ ਬੋਕਸਿੰਗ ਦੇ ਵਿੱਚ ਜਾ ਅਤੇ ਨਾਮ ਰੌਸ਼ਨ ਕਰੇਗਾ? ਮੇਰੇ ਜੀ ਦਾਦੂ ਨੇ ਕੀਤਾ ਸੀਗਾ। ਕੀ ਨਾਮ ਹੈ ਦਾਦੂ ਜੀ ਦਾ? ਸੋਨ ਪੰਡਿਤ ਜੀ। ਅੱਛਾ, ਸੋਨ ਪੰਡਿਤ ਜੀ, ਕੀ ਬਾਤ ਹੈ ਜੀ। ਉਹ ਉਹਨਾਂ ਨੇ ਮੈਨੂੰ ਮਤਲਬ 7-8 ਸਾਲ ਦਾ ਇਹ ਪਾਤਾ ਸੀਗਾ ਮਲਟੀਪਰਪਜ਼ ਜੀ, ਫਿਰ ਮੈਂ ਦਿਲ 'ਚ ਵੱਸ ਗਈ ਸੀ ਬੋਕਸਿੰਗ। ਅੱਛਾ, ਉਸ ਤੋਂ ਬਾਅਦ ਮਤਲਬ ਤੁਸੀਂ ਪਿੱਛੇ ਮੁੜ ਕੇ ਨਹੀਂ ਵੇਖਿਆ? ਨਹੀਂ, ਕਦੀ ਨਹੀਂ ਦੇਖਿਆ ਪਿੱਛੇ। ਬੋਕਸਿੰਗ ਦੇ ਕੋਈ ਖਾਸ ਨਿਯਮ ਹੁੰਦੇ ਹੈ? ਨਿਯਮ ਜੀ ਆਉਂਦੇ ਹੈ ਨਿਯਮ। ਕੀ ਹੁੰਦੇ ਸਾਨੂੰ ਵੀ ਮਾੜੀ ਜਿਹਾ ਦੱਸ ਦਿਓ। ਕਿਵੇਂ ਕਿ ਪੇੜ ਦੇ ਨੀਚੇ ਮੁੱਕਾ ਨਹੀਂ ਲੱਗਣਾ ਚਾਹੀਦਾ, ਅਤੇ ਅਗਰ ਬਾਈ ਚਾਂਸ ਬੰਦੇ ਦਾ ਮੁੱਕਾ ਬਲਚ ਕੇ ਸਿਰੈਂ ਹੋ ਜਾਂਦਾ ਔਰ ਕਾਊਂਟਿੰਗ ਹੋ ਜਾਂਦੀ ਹੈ ਜੀ, ਜਿਸ ਨਾਲ ਬੰਦਾ ਰਾਊਂਡ 1 'ਚ ਜਿੱਤ ਜਾਂਦਾ। ਟੋਟਲ ਕਿੰਨੇ ਰਾਊਂਡ ਹੁੰਦੇ ਆ? ਟੋਟਲ ਰਾਊਂਡ ਜੀ 3 ਹੁੰਦੇ ਆ। ਅੱਛਾ, 3 ਦੇ ਵਿੱਚ ਜਿਹਦੇ ਅਪ ਨੰਬਰ ਹੋਣਗੇ ਉਹ ਹੀ ਵਿਨਰ ਹੋਏਗਾ? ਹਾਂਜੀ, ਔਰ ਮੇਨ ਰਾਊਂਡ 1st ਔਰ 3rd ਹੁੰਦਾ ਜੀ, ਕਿਉਂਕਿ 1st ਔਰ 3rd 'ਚ ਹੀ ਦੇਖਿਆ ਜਾਂਦਾ ਬੱਚੇ ਨੂੰ ਕਿੰਨਾ ਮਿਹਨਤੀ ਹੈ ਕਿੰਨਾ ਉਹ ਹੈ। ਸੋ ਵਾਕਈ ਦੋਸਤੋ, ਇਹਨਾਂ ਦੀਆਂ ਬੱਚਿਆਂ ਦੀਆਂ ਆਪਣੀਆਂ ਯੋਜਨਾਵਾਂ ਨੇ ਔਰ ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਭਵਿੱਖ ਦੇ ਵਿੱਚ ਤਰੱਕੀ ਦੇਵੇ, ਹੋਰ ਇਹਨਾਂ ਨੂੰ ਗੋਲਡ ਮੈਡਲ ਇਹਨਾਂ ਦੇ ਗਲ ਵਿੱਚ ਪਾਵੇ, ਔਰ ਖਾਸ ਕਰਕੇ ਜਿਨ੍ਹਾਂ ਦੇ ਕਹਿਣ ਦੇ ਉੱਪਰ ਮਿਸਟਰ ਸੋਨ ਪੰਡਿਤ ਜੀ ਨੇ, ਜੋ ਸਾਡੇ ਬੜੇ ਰਿਸਪੈਕਟਡ ਨੇ, ਉਹਨਾਂ ਦੇ ਕਹਿਣ 'ਤੇ ਉਹਨਾਂ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਸੀ ਇਸ ਬੱਚੇ ਨੂੰ ਸਮੇਂ ਸਿਰ, ਉਸ ਵੇਲੇ 6-7 ਸਾਲ ਦੀ ਉਮਰ ਸੀ, ਉਦੋਂ ਤੋਂ ਹੀ ਇਹਨਾਂ ਨੂੰ ਜੋੜਿਆ ਹੋਇਆ, ਸ਼ਾਇਦ ਉਹਨਾਂ ਨੂੰ ਕੁਛ ਨਾ ਕੁਛ ਇਸ ਬੱਚੇ ਵਿੱਚ ਜ਼ਰੂਰ ਨਜ਼ਰ ਆਉਂਦਾ ਸੀ। ਸੋ ਉਸ ਦੀ ਬਦੌਲਤ ਅੱਜ ਇਸ ਬੱਚੇ ਦੇ ਗਲ ਵਿੱਚ ਗੋਲਡ ਮੈਡਲ ਹੈ, ਔਰ ਗੋਲਡ ਮੈਡਲ ਤੱਕ ਪਹੁੰਚਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ, ਯੁਵਰਾਜ ਸਾਡਾ ਬੇਟਾ ਜਿਹੜਾ ਆਰਮੀ ਸਕੂਲ ਦੇ ਵਿੱਚ ਪੜ੍ਹਦਾ ਹੈ, 7th ਕਲਾਸ ਦਾ ਸਟੂਡੈਂਟ ਹੈ, ਡਿਸਟ੍ਰਿਕਟ ਲੈਵਲ ਦੇ ਉੱਤੇ ਜਾ ਕੇ ਗੋਲਡ ਮੈਡਲ ਲੈ ਕੇ ਆਇਆ, ਜਿੱਥੇ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ ਔਰ ਬਹੁਤ ਵੱਡੇ ਵੱਡੇ ਮਾਰਕੇ ਮਾਰਦੇ ਨੇ, ਇਹ ਪੜ੍ਹਾਈ ਦੇ ਵਿੱਚ ਵੀ ਬਹੁਤ ਇੰਟੈਲੀਜੈਂਟ ਹੈ ਅਤੇ ਗੇਮਾਂ ਦੇ ਵਿੱਚ ਵੀ ਬਹੁਤ ਮਾਰਕੇ ਮਾਰੇ ਨੇ। ਸਾਨੂੰ 100% ਉਮੀਦ ਹੈ ਕਿ ਇਹ ਬੱਚੇ ਕਿਸੇ ਨਾ ਕਿਸੇ ਦਿਨ ਜਾ ਕੇ ਓਲੰਪਿਕ ਦੇ ਵਿੱਚ ਜਾ ਕੇ ਮੈਡਲ ਲੈ ਕੇ ਆਉਣਗੇ, ਸਾਡੇ ਹਿੰਦੁਸਤਾਨ ਦਾ ਨਾਂ ਉੱਚਾ ਕਰਨਗੇ। ਸੋ ਮੈਂ ਮੁਬਾਰਕਬਾਦ ਦਿੰਦਾ, ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਇਹਨੂੰ ਹੋਰ ਤਾਕਤ ਦੇਵੇ, ਹੋਰ ਹਿੰਮਤ ਦੇਵੇ, ਸਾਡੇ ਦੇਸ਼ ਦਾ, ਆਪਣੇ ਪੇਰੈਂਟਸ ਦਾ, ਆਪਣੀ ਸੁਸਾਇਟੀ ਦਾ, ਆਪਣੇ ਪੰਜਾਬ ਦਾ ਨਾਂ ਉੱਚਾ ਕਰਨ। ਬਹੁਤ ਬਹੁਤ ਧੰਨਵਾਦ।